ਇਹਨੂੰ ਅਸੀਂ 16 ਤਰੀਕ ਨੂੰ ਫੜਿਆ ਸੀ, ਜਿਹਦੇ ਵਿੱਚੋਂ ਇਹਦੇ ਤੋਂ ਕਰੀਬ 19 ਤੋਲੇ ਸੋਨਾ ਅਤੇ 3.25 ਲੱਖ ਰੁਪਇਆ ਕੈਸ਼ ਇਹਦੇ ਤੋਂ ਮਿਲਿਆ ਸੀ ਅਤੇ 100 ਗ੍ਰਾਮ ਦੇ ਕਰੀਬ ਉਹਦੀ ਜਿਹੜੀ ਹੀਰੋਇਨ ਅਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਆ 1030 ਆ ਜਿਹੜੀਆਂ ਇਹਦੇ ਤੋਂ ਗੋਲੀਆਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ। ਉਹਦੇ ਵਿੱਚ ਇਹਨੂੰ ਉਦੋਂ ਅਰੈਸਟ ਕਰਨ ਤੋਂ ਬਾਅਦ ਇਹਨੂੰ ਇਹ ਕਹਿ ਸਕਦੇ ਹਾਂ ਪੰਜਾਬ ਦੀ ਜਿਹੜੀ ਕੁਇਕੈਸਟ ਜਿਹੜੀ ਫਾਈਨੈਂਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ। ਉਸ ਤੋਂ ਬਾਅਦ ਅਸੀਂ ਇਹਦੇ ਖਾਤੇ ਜਿਹੜੇ ਆ ਇਮੀਡੀਏਟ ਇਹਦੇ ਬੈਂਕ ਅਕਾਊਂਟ 'ਤੇ ਚੈੱਕ ਕੀਤਾ। ਇਹਦਾ ਸੋਰਸ ਆਫ ਇਨਕਮ ਨਿਲ ਹੈ। ਇਹ 5 ਮੁਕੱਦਮੇ ਦਰਜ ਆ, ਉਹਦੇ ਵਿੱਚੋਂ PO ਆ ਡਿਕਲੇਅਰ ਹੋਇਆ ਹੋਇਆ ਅਤੇ ਪਲੱਸ ਇਹਦੇ ਵਿੱਚ ਉਹਦੇ 'ਚੋਂ ਵਾਂਟਡ ਹੈ ਧੂਰੀ ਪੁਲਿਸ ਨੂੰ। ਇਹਦਾ ਜਿਹੜਾ ਬੇਸ ਹੈ ਸੰਗਰੂਰ ਜ਼ਿਲ੍ਹਾ ਅਤੇ ਪਟਿਆਲਾ ਜ਼ਿਲ੍ਹਾ ਇਹਨੇ ਬਣਾ ਲਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਸੀ ਅਤੇ ਇਹਦੇ ਵਿੱਚੋਂ ਕੈਸ਼ ਸਾਨੂੰ 60 ਲੱਖ ਰੁਪਇਆ ਇਹਦੇ ਵਿੱਚ ਅਕਾਊਂਟਾਂ ਦੇ ਵਿੱਚ ਜਿਹੜਾ ਕੈਸ਼ ਮਿਲ ਗਿਆ। ਇਹਦੀ ਜਿਸ ਦਿਨ ਫੜਿਆ ਗਿਆ ਇਹਦੀ ਵਾਈਫ ਨੇ ਉਸੇ ਦਿਨ ਕੋਸ਼ਿਸ਼ ਕੀਤੀ ਇਹਦੇ FD ਤੜਾ ਕੇ ਅਤੇ 10 ਲੱਖ ਰੁਪਇਆ ਇਮੀਡੀਏਟਲੀ ਟ੍ਰਾਂਸਫਰ ਕਰਨ ਦੀ ਕੀਤੀ, ਪਰ ਟਾਈਮਲੀ ਪੁਲਿਸ ਵੱਲੋਂ ਸਵਿਫਟ ਐਕਸ਼ਨ ਕਰਨ 'ਤੇ ਲਗਭਗ 1 ਕਰੋੜ ਰੁਪਏ ਦੀ ਅਸੀਂ ਇਹਦੀ ਪ੍ਰੋਪਰਟੀ ਹੈ ਸੀਜ਼ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। 30 ਲੱਖ ਦਾ ਪਲਾਟ, ਇਸ ਤੋਂ ਇਲਾਵਾ ਇਹਦੇ ਜਿਹੜੀਆਂ ਤੁਸੀਂ ਆ ਬੁੱਕਸ ਦੇਖੀਆਂ ਹੋਣੀਆਂ ਕੈਸ਼ ਵਾਲੀਆਂ ਅਕਾਊਂਟ ਵਾਲੀਆਂ ਜਿਹੜੀਆਂ ਇਹਦੀਆਂ ਖਾਤੇ ਕਲਿਆਣ ਬੈਂਕ ਅਤੇ ਦੂਜਾ ਬੈਂਕ ਦੇ ਵਿੱਚ ਇਹਦੇ ਜਿਹੜੇ ਖਾਤੇ ਹੈ ਉਹ ਉਸ ਤੋਂ ਇਲਾਵਾ ਇਹਦੇ ਵਿੱਚ ਇਹਨੂੰ ਇਹਦੇ ਆਪਦੇ ਨਾਂ ਇਹਦੀ ਵਾਈਫ ਦੇ ਨਾਂ ਅਤੇ ਇਸ ਤੋਂ ਆਪਦੀ ਮਦਰ ਦੇ ਨਾਂ ਇਹਨੇ ਬੈਂਕ ਅਕਾਊਂਟਸ ਦੇ ਖੋਲ੍ਹੇ ਆ। ਬੈਂਕ ਦੇ ਅਸੀਂ ਸਾਰੇ ਕੈਸ਼ ਹੈ ਜਿਹੜਾ ਉਹ ਸੀਜ਼ ਕਰਾਤਾ। ਉਸ ਤੋਂ ਬਾਅਦ ਅਟੈਂਪਟ ਹੋਈ ਇਹਦੇ ਰਿਸ਼ਤੇਦਾਰਾਂ ਵੱਲੋਂ ਇਹਨੂੰ ਕਢਾਉਣ ਦੀ, ਪਰ ਉਹ ਅਸੀਂ ਅਕਾਊਂਟ ਦੇ ਲਗਭਗ 60 ਲੱਖ ਰੁਪਇਆ ਇਹਦੀ ਵਾਈਫ ਦੇ ਨਾਂ ਹੈ ਅਤੇ ਉਸ ਤੋਂ ਇਲਾਵਾ 5 ਲੱਖ ਰੁਪਇਆ ਹੈਗਾ ਇਹਦੇ ਆਪਦੇ ਨਾਂ ਇਹਦੇ ਸਹੁਰਿਆਂ ਦੇ ਨਾਂ ਅਤੇ 30 ਲੱਖ ਦੀ ਜਿਹੜਾ ਪਲਾਟ ਲਿਆ ਹੋਇਆ ਅਤੇ 11,000 ਰੁਪਏ ਇੱਕ ਹੋਰ ਬੈਂਕ ਅਕਾਊਂਟ ਇਹਨੇ ਕਲਿਆਣ ਅਤੇ ਆਪਣਾ ਧੂਰੀ ਦੇ ਵਿੱਚ ਖੋਲ੍ਹੇ ਸੀ ਅਤੇ ਇਹ ਕੁਦਰਤੀ ਇਹਦੇ ਰੇਡ ਹੋ ਰਿਹਾ ਸੀ, ਵਾਂਟਡ ਸੀ ਅਤੇ ਇਹ ਆਪਦਾ ਸ਼ਿਫਟ ਕਰ ਰਿਹਾ ਸੀ ਜਦੋਂ ਵਿਦ ਕੈ ਔਰਨਾਮੈਂਟ ਆਪਦੇ ਘਰ ਦੇ ਜਿਨ ਇਹਦੇ ਗਹਿਣੇ ਆ ਜਿਹੜੇ ਸਾਰੇ ਲੈ ਕੇ ਇਹ ਆਪਦੇ ਕੋਲ ਰੱਖਣ ਚੱਲਿਆ ਸੀ ਜਿਸ ਦਿਨ ਅਸੀਂ ਪਕੜਿਆ ਗਿਆ। ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਕੁਇਕੈਸਟ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਨ ਪੰਜਾਬ ਹੋਈ ਹੈ ਜਿਹੜੀ ਵਿਦਨ 24 ਆਵਰ ਅਸੀਂ 1 ਕਰੋੜ ਦੇ ਕਰੀਬ ਹੈ ਜਿਹੜੀ ਇਹਦੀ ਪ੍ਰੋਪਰਟੀ ਜ਼ਬਤ ਕਰਨ 'ਚ ਕਾਮਯਾਬ ਹੋਏ ਹਾਂ। ਡਰੱਗ ਸਮਗਲਰਸ ਨੂੰ ਬਹੁਤ ਵੱਡਾ ਇਹਦੇ 'ਚ ਮੈਸੇਜ ਹੈ, ਉਹਦੇ 'ਚ ਅਸੀਂ ਇੱਕ ਡਰੱਗ ਸਮਗਲਰਸ ਨੂੰ ਇੱਕ ਬੜਾ ਵੱਡਾ ਇਹਦੇ 'ਚ ਮੈਸੇਜ ਹੈ ਵੀ ਜੇ ਇਹ ਕੰਮ ਤੋਂ ਨਹੀਂ ਟਲੋਂਗੇ ਤਾਂ ਇਸੇ ਢੰਗ ਦੇ ਨਾਲ ਹੀ ਅਸੀਂ ਇਹਦੀ ਕਾਰਵਾਈ ਕਰਾਂਗੇ। ਇਸ ਤੋਂ ਇਲਾਵਾ ਇਹਦੇ ਤੋਂ ਇੱਕ ਡੈਰੀ ਮਿਲੀ ਹੈ ਸਾਨੂੰ ਜਿਹੜੀ ਇੰਪੋਰਟੈਂਟ ਹੈ, ਉਹ ਬਾਈ ਚਾਂਸ ਅਜੇ ਹੋਰ ਲਿਆਉਣੀ ਰਹਿ ਗਈ। ਇੱਕੋ ਡੈਰੀ ਦੇ ਵਿੱਚ ਜਿਹੜੇ ਬੰਦੇ ਨਾਲ ਇਹਦਾ ਹਿਸਾਬ ਕਿਤਾਬ ਹੈ ਉਹਦੇ ਵਿੱਚੋਂ ਉਹ ਡੈਰੀ ਦੇ ਵਿੱਚ ਸਾਨੂੰ ਉਹ ਮਿਲਿਆ, ਅਸੀਂ ਉਹਨਾਂ ਦੇ ਨਾਲ ਵੀ ਸਟ੍ਰਿਕਟ ਐਕਸ਼ਨ ਲਵਾਂਗੇ। ਉਹਨਾਂ ਦੇ ਨਾਲ ਵੀ ਉਹਨੂੰ ਫਾਈਨੈਂਸ਼ੀਅਲ ਬੈਂਕ ਅਕਾਊਂਟ ਦਾ ਮਿਲਣਾ, ਕੈਸ਼ ਦਾ ਮਿਲਣਾ, ਗਹਿਣਿਆਂ ਦਾ ਮਿਲਣਾ ਅਤੇ ਸੋਰਸ ਆਫ ਇਨਕਮ ਨਿਲ ਹੈ। ਸਭ ਤੋਂ ਜਿਹੜੀ ਤ੍ਰਾਸਦੀ ਇਹ ਹੈ ਵੀ ਸੋਰਸ ਆਫ ਇਨਕਮ ਟੋਟਲ ਇਹਦੇ ਵਿੱਚ ਕੋਈ ਹੋਰ ਇਹਦੇ ਕੋਲ ਆਪਦੀ ਸੋਰਸ ਆਫ ਇਨਕਮ ਨਹੀਂ ਅਤੇ ਇਹਨੂੰ ਇਹ ਕਹਿ ਸਕਦੇ ਹਾਂ ਇੱਕ ਸਟੈਪ ਫਾਰਵਰਡ ਹੈ। ਇਹਦੇ ਨਾਲ ਮੈਨੂੰ ਉਮੀਦ ਹੈ ਜਿਹੜਾ ਸੰਗਰੂਰ ਅਤੇ ਧੂਰੀ ਦੇ ਵਿੱਚ ਇੱਕ ਬੜਾ ਇਸ ਢੰਗ ਦਾ ਤਰੀਕਾ ਇਹਨਾਂ ਨੇ ਚਲਾਇਆ ਹੋਇਆ ਸੀ ਜਿਹੜਾ ਕਿ ਦਿੱਲੀ ਤੋਂ ਨੀਗਰੋਜ਼ ਦੇ ਜਿਹਨੂੰ ਜਾਂ ਬਲੈਕ ਕਹਿ ਦਿੰਦੇ ਆਪਾਂ ਉਹਦੇ ਤੋਂ ਡਰੱਗ ਲੈ ਕੇ ਆਉਂਦੇ ਸੀ। ਅਸੀਂ ਉੱਥੇ ਵੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਰਨ ਦੀ, ਪਰ ਉਹ ਸਾਨੂੰ ਬਾਈ ਚਾਂਸ ਜਾਂ ਤਾਂ ਉੱਥੋਂ ਕੋਈ ਪਤਾ ਲੱਗ ਗਿਆ ਜਾਂ ਇਹਨਾਂ ਦਾ ਕੋਡ ਵਰਡ ਹੈ ਇਨੀਸ਼ੀਅਲ ਇੰਟਰੋਗੇਸ਼ਨ, ਉਹ ਸਾਥੋਂ ਉੱਥੇ ਦਿੱਲੀ ਦੇ ਵਿੱਚ ਨੈਪ ਹੋਏ ਨਹੀਂ, ਪਰ ਅਸੀਂ ਇਹਨਾਂ ਨੂੰ ਰਿਮਾਂਡ ਲਿਆ, 22 ਤੱਕ ਪੁਲਿਸ ਰਿਮਾਂਡ ਆ। ਉਦੋਂ ਕੋਸ਼ਿਸ਼ ਕਰਾਂਗੇ ਵੀ ਜੇ ਉਹ ਦਿੱਲੀ ਵਾਲੇ ਬੰਦੇ ਨੂੰ ਵੀ ਨੈਪ ਕਰ ਲਈ। ਕੋਈ ਤੁਹਾਡਾ ਇਹਦੇ 'ਚ ਕੁਐਸਚਨ ਆ ਤਾਂ ਕਾਈਂਡਲੀ ਉਹਨੂੰ ਦੱਸ ਦਿਓ। ਇਹਦੇ 'ਚ ਟੋਟਲ ਹੁਣ ਤੱਕ 5 ਕੇਸ ਹੈ ਜਿਨ੍ਹਾਂ ਦੇ ਵਿੱਚੋਂ ਇਹ PO ਹੈ, ਵਾਂਟਡ ਹੈ ਅਤੇ ਉਹਨੂੰ ਜਾ ਕੇ ਦੋ ਪਰੋਲ ਜੰਪਰ ਹੈ। 5 ਕੇਸ ਡੈਰੀ ਦੇ ਵਿੱਚ ਬੇਸਿਕਲੀ ਅੱਗੇ ਜਿਨ੍ਹਾਂ ਨੂੰ ਉਹ ਸਪਲਾਈ ਕਰ ਰਿਹਾ, ਜਿਹੜੇ ਬੰਦਿਆਂ ਨੂੰ ਸਪਲਾਈ ਕਰ ਰਿਹਾ ਉਹ ਮੇਨ ਜਿਹੜੇ ਬੰਦੇ ਆ ਉਹਨਾਂ ਦੇ ਸਾਡੇ ਕੋਲ ਜਿਹੜੇ ਨਾਂ ਇਹਦੇ ਵਿੱਚ ਆਏ ਹੈ
ਉਹ ਕਿਉਂਕਿ ਉਹਨਾਂ ਦਾ ਸਾਨੂੰ ਐਗਜ਼ੈਕਟ ਇੰਡੀਕੇਸ਼ਨ ਮਿਲ ਗਿਆ, ਇਹਨੂੰ ਅਸੀਂ ਕਹਿ ਸਕਦੇ ਇੱਕ ਬੜੀ ਮੇਨ ਸਪਲਾਈ ਲਾਈਨ ਸੀ ਜਿਹੜੀ ਦਿੱਲੀ ਤੋਂ ਚੱਲ ਕੇ ਅਤੇ ਸੰਗਰੂਰ ਅਤੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਸੀ ਕਈ ਸਾਲਾਂ ਤੋਂ ਇਹਦੇ ਆ ਰਿਹਾ। ਵੈਸੇ ਇਹਦਾ ਇਨੀਸ਼ੀਅਲ ਇਹਨੇ ਸ਼ੁਰੂ ਕੀਤਾ 11 ਤੋਂ, ਜਿਹੜਾ 2011 ਤੋਂ ਪਰਚੇ ਹੁੰਦੇ ਰਹੇ, ਹੋਰ ਹੁੰਦੇ ਰਹੇ, ਪਰ ਨੋਰਮਲ ਪਰਚਾ ਹੋਣ ਤੋਂ ਬਾਅਦ ਰਿਕਵਰੀ ਹੁੰਦੀ ਰਹੀ। ਇਸ ਢੰਗ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ, ਵੈਸੇ ਤਾਂ ਮੈਂ ਕਹੂੰਗਾ ਜਿਹੜੀ ਕੁਇਕੈਸਟ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਇਹ ਵੀ ਜਿਹੜੀ ਹੋਈ ਹੈ, ਇਹ ਇਹਨੂੰ ਕਹਿ ਸਕਦੇ ਹਾਂ ਵੀ ਇਹ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਸੀਂ ਫਿਰ ਸਾਨੂੰ ਮਤਲਬ ਟੀਮ ਪਟਿਆਲਾ ਜਿਹੜਾ ਉਹਨੂੰ ਸਾਨੂੰ ਮਾਣ ਹੈ ਵੀ ਇਸ ਗੱਲ ਦੇ ਵਿੱਚ ਅਸੀਂ ਕਾਮਯਾਬ। ਟੋਟਲ ਨਸ਼ੇ ਤੋਂ ਸੋਰਸ ਆਫ ਇਨਕਮ ਹੈ ਹੀ ਨਹੀਂ ਇਹਦੇ ਵਿੱਚ, ਤਾਂ ਇਹਦੇ 'ਚ ਅਲਾਰਮਿੰਗ ਗੱਲ ਇਹ ਹੈ ਵੀ ਲਗਭਗ 1 ਕਰੋੜ ਦੀ ਇਹਨੂੰ ਆਪਾਂ ਨੂੰ ਪ੍ਰੋਪਰਟੀ ਮਿਲ ਗਈ ਹੈ ਅਤੇ ਇਹਦੇ ਵਿੱਚੋਂ ਬੇਸਿਕਲੀ 11 ਤੋਂ ਲੱਗਿਆ ਹੋਇਆ ਸੀ, ਪਰ ਇਹਦੇ 'ਤੇ ਪਰਚਾ ਹੋਇਆ, ਅੱਗੇ ਜੇਲ੍ਹ ਚਲਿਆ ਗਿਆ, ਪਰ ਇਸ ਲੈਵਲ 'ਤੇ ਇਹਦੀ ਇਨ ਡੈਪਥ ਇਨਵੈਸਟੀਗੇਸ਼ਨ ਨਹੀਂ ਕਦੇ ਹੋਈ। ਵੱਡੇ ਪੱਧਰ 'ਤੇ 100 ਗ੍ਰਾਮ ਨਹੀਂ 100 ਗ੍ਰਾਮ ਮਿਲੀ ਹੈ, 100 ਗ੍ਰਾਮ ਦੀਆਂ ਬਿੱਟ ਬਣਾ ਕੇ, ਇੱਕ ਇੱਕ ਪਤਾ ਨਹੀਂ 1 ਗ੍ਰਾਮ ਦੀਆਂ ਕਈ ਕਈ ਬਿੱਟ ਬਣਾ ਕੇ ਅੱਗੇ ਵੇਚਦੇ ਆ ਵੱਡੇ ਪੱਧਰ 'ਤੇ ਕਹਿ ਸਕਦੇ ਹਾਂ, ਜਾਂ ਇਹਨੂੰ ਇਹ ਕਹਿ ਸਕਦੇ ਹਾਂ ਵੀ ਇਹਦੇ ਜਿਹੜੇ ਸਾਡੇ ਅਸੀਂ ਫਿਗਰ ਡਾਊਨ ਕੀਤੇ ਆ 20 ਜਣੇ ਅੱਗੇ ਜਿਨ੍ਹਾਂ ਨੂੰ ਲਗਭਗ ਅੰਦਾਜ਼ਾ ਉਹਦੇ 'ਚ ਪਲੱਸ ਮਾਈਨਸ ਵੀ ਹੋ ਸਕਦੇ ਆ, ਜਿਹੜੇ ਮੇਨ ਆਇਡੈਂਟੀਫਾਈ ਹੋਏ ਆ ਜਿਨ੍ਹਾਂ ਨੂੰ ਅੱਗੇ ਸਪਲਾਈ ਕਰਨਾ। ਇਹਦੇ 'ਚ ਬੜੀ ਹੈਰਾਨਗੀ ਵਾਲੀ ਗੱਲ ਹੈ, ਜੇ ਅਸੀਂ ਬੈਂਕ ਖਾਤਾ ਖੁਲਾਉਣ ਜਾਂਦੇ ਤਾਂ 10 ਵਾਰੀ ਪੈਨ ਨੰਬਰ 'ਤੇ ਉਹ ਮੰਗਦੇ ਆ, ਇਹਨਾਂ ਕੋਲ ਕੋਈ ਪੈਨ ਰਿਟਰਨ ਨਹੀਂ ਭਰਦੇ, ਇਨਕਮ ਟੈਕਸ ਦੀ ਰਿਟਰਨ ਨਹੀਂ ਭਰਦੇ, ਕੁਛ ਨਹੀਂ ਕਰਦੇ, ਬੈਂਕ ਦੇ ਵਿੱਚ ਇਹਦੇ ਅਕਾਊਂਟ ਖੁੱਲ੍ਹੇ ਆ। ਅਤੇ ਹੈਰਾਨਗੀ ਦੀ ਗੱਲ ਇਹ ਆ, ਜਦੋਂ 10 ਲੱਖ ਰੁਪਏ ਦਾ ਵੀ ਉਹਨੇ ਜਿਹੜਾ ਇਮੀਡੀਏਟਲੀ ਜਦੋਂ ਫੜਿਆ ਗਿਆ ਤਾਂ ਇਹਦੀ ਵਾਈਫ ਨੇ ਇਹਨਾਂ ਨੇ ਕੀਤਾ ਵੀ ਉਹ FD ਤੜਾ ਕੇ ਦੂਜੇ ਅਕਾਊਂਟ 'ਚ ਪਾ ਤੇ ਉੱਥੋਂ ਕਢਾਉਣੇ ਸੀ ਪੈਸੇ, ਅਤੇ ਅਸੀਂ ਫਸਟ ਏ ਫੜਦੇ ਸਾਰ ਹੀ ਉੱਥੋਂ ਹੀ ਇਮੀਡੀਏਟ ਪਾਰਟੀਜ਼ ਭੇਜ ਕੇ ਅਸੀਂ ਬੈਂਕ ਮੈਨੇਜਰ ਨੂੰ, ਇਹਨਾਂ ਦੇ ਹੈੱਡ ਆਫਿਸ ਚੰਡੀਗੜ੍ਹ ਨਾਲ ਗੱਲ ਕੀਤੀ, ਪਟਿਆਲੇ ਹੈੱਡ ਆਫਿਸ ਨਾਲ ਗੱਲ ਕੀਤੀ, ਕਲਿਆਣ ਅਤੇ ਧੂਰੀ ਦੇ ਵਿੱਚ ਅਸੀਂ ਮੁਲਾਜ਼ਮ ਭੇਜ ਕੇ ਉਹਨਾਂ ਨੂੰ ਇਮੀਡੀਏਟਲੀ ਵੀ ਬਿਨ ਏਬਲ ਟੂ ਸਟੋਪ, ਕਿ ਨੋਰਮਲ ਇਹ ਹੁੰਦਾ ਜੇ ਪਤਾ ਵੀ ਲੱਗ ਜੇ ਕੈਸ਼ ਤਾਂ ਇਹ ਕੈਸ਼ ਨੂੰ ਕਢਾਉਣ ਦੀ ਕੋਸ਼ਿਸ਼ ਕਰਦਾ। ਇਹਦੀ ਵਾਈਫ ਨੂੰ ਹੁਣ ਇਹਦੇ 'ਚ ਨਾਮਜ਼ਦ ਕਰਾਂਗੇ, ਇਹਦੇ ਕਹਿਣ ਮੁਤਾਬਕ ਜੀ ਉਹ ਬਿਮਾਰ ਆ, ਬੇਸਿਕਲੀ ਇਹ ਵਾਈਫ ਸਾਰੀ ਇਲਗੋਟਨ ਮਨੀ ਆ, ਮਜੋਰਟੀ ਜਿਹੜਾ 60 ਲੱਖ ਦਾ ਇਹਦੇ ਵਿੱਚੋਂ ਮੇਰੇ ਕੋਲ ਉਹਦਾ ਹੈਗਾ, ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟ ਨੰਬਰ ਮੈਂ ਸੋਰੀ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ, ਪਰ ਮੇਰੇ ਕੋਲ ਆ ਡਿਟੇਲ ਅਕਾਊਂਟ ਨੰਬਰਾਂ ਦੀ ਹੈਗੀ, ਉਹਦੇ ਵਿੱਚੋਂ 60,75,000 ਸਿਰਫ ਇਹਦੀ ਵਾਈਫ ਦੇ ਅਕਾਊਂਟ ਦੇ ਵਿੱਚ ਆ ਫਿਲਹਾਲ। ਇਹਨੂੰ ਇਹ ਕਹਿ ਸਕਦੇ ਸਿੰਗਲ ਮੈਨ, ਜਿਹੜੀ ਇੱਕ ਇਹਦੀ ਕਾਰ ਜਿਹੜੀ ਮੇਨ ਨੋਰਮਲ ਅੱਗੇ ਕਾਰ 'ਤੇ ਕਰਦਾ, ਸਾਡੇ ਕੋਲ ਮੋਟਰਸਾਈਕਲ ਫੜਿਆ ਗਿਆ ਸੀ, ਕਾਰ ਵੀ ਲਿਆਂਦੀ ਧੂਰੀ ਤੋਂ, ਉਹਨੂੰ ਅਸੀਂ ਆਪਦੇ ਪੁਜੈਸ਼ਨ ਦੇ ਵਿੱਚ ਲੈ ਲਿਆ, ਮੇਨ ਇਹਦੀ ਕਾਰ 'ਤੇ ਉਹਨੂੰ ਕਰਦਾ ਸੀਗਾ, ਜਦੋਂ ਅਸੀਂ ਫੜਿਆ ਉਦੋਂ ਮੋਟਰਸਾਈਕਲ 'ਤੇ ਫੜਿਆ। ਨਹੀਂ ਇਹ ਜਿਹੜੀ ਹੀਰੋਇਨ ਅਤੇ ਜਿਹੜੀਆਂ ਗੋਲੀਆਂ ਇਹਦੇ ਆਪਦੇ ਫਿਕਸ ਗਾਹਕ ਹੈ, ਉਹਨਾਂ ਨੂੰ ਦੇ ਕੇ ਅੱਗੇ ਉਹਨਾਂ ਨੂੰ ਸਪਲਾਈ ਕਰ। ਇਸ ਕਰਕੇ ਇੰਪੋਰਟੈਂਟ ਇਹਦੇ 'ਚ 100 ਗ੍ਰਾਮ ਹੀਰੋਇਨ ਨਹੀਂ, ਇੰਪੋਰਟੈਂਟ ਇਹ ਆ ਵੀ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਅਤੇ ਜਿਹੜੀ ਜੋ ਇਹਦੇ 'ਤੇ ਕੀਤਾ ਹੋਇਆ ਅਤੇ ਉਹਨੂੰ ਸੀਜ਼ ਕਰਨਾ, ਵੀ ਵਾਂਟ ਟੂ ਸਟ੍ਰਾਈਕ ਐਂਡ ਸਟ੍ਰਾਈਕ ਇਟ ਵੈਰੀ ਹਾਰਡ, ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹਨਾਂ ਨੂੰ ਸਮਗਲਰਸ ਨੂੰ ਵੀ ਇਹ ਨਹੀਂ ਅਸੀਂ ਅਲਾਓ ਕਰਨਾ, ਜਿਵੇਂ ਕਿ ਪਟਿਆਲਾ ਪੁਲਿਸ ਨੇ ਡਰੱਗ ਤਸਕਰਾਂ ਦੇ ਵਿਰੁੱਧ ਬੜੇ ਵੱਡੇ ਪੱਧਰ 'ਤੇ ਕੰਪੇਨ ਚਲਾਈ, ਸਾਨੂੰ ਉਹ ਕਾਮਯਾਬੀ ਮਿਲੀ ਜਦੋਂ ਨਵਜੋਤ ਸਿੰਘ ਨੰਨੂ ਜੋ ਕਿ ਧੂਰੀ ਸੰਗਰੂਰ ਜ਼ਿਲ੍ਹੇ ਦੇ ਨਾਲ ਰਹਿਣ ਵਾਲਾ, ਉਹਨੂੰ ਅਸੀਂ ਪਕੜਿਆ, ਉਹਨੂੰ 100 ਗ੍ਰਾਮ ਹੈਰੋਇਨ ਅਤੇ ਪਲੱਸ 1,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਫੜੀਆਂ, ਅਤੇ ਜਦੋਂ ਉਹਦੀ ਉਹ ਸਰਚ ਕੀਤੀ ਤਾਂ ਉਹਦੇ ਵਿੱਚ ਲਗਭਗ 19 ਤੋਲੇ ਜਿਹੜਾ ਕੈਸ਼, ਅਤੇ ਇਸ ਤੋਂ ਇਲਾਵਾ ਜਿਹੜੀ ਆ ਉਹਦੇ ਕੋਲ 3 ਲੱਖ ਦੇ ਕਰੀਬ 3.25 ਲੱਖ ਹੈ ਜਿਹੜੇ ਆ ਉਹਦੇ ਕੋਲ ਕੈਸ਼, ਅਤੇ 19 ਤੋਲੇ ਸੋਨਾ ਇਹਦੇ ਤੋਂ ਮਿਲਿਆ। ਬੇਸਿਕਲੀ ਇਹ ਡਰੱਗ ਤਸਕਰੀ ਦੇ ਕਰਦਾ, ਇਹ ਡਿਲੀਵਰੀ ਦੇ ਕੇ ਇਹਨੇ ਆਪਦਾ ਬੇਸ ਸ਼ਿਫਟ ਕਰਨਾ ਸੀ, ਇਹ ਵਾਂਟਡ ਸੀਗਾ, ਅਸੀਂ ਸਾਡੇ ਕੋਲ ਵੀ ਇਨਫੋਰਮੇਸ਼ਨ ਆ ਰਹੀ, ਅਸੀਂ ਵੀ ਪਏ ਸੀ, ਅਤੇ ਸੰਗਰੂਰ ਪੁਲਿਸ ਵੀ ਇਹਦੇ ਮਗਰ ਪਈ ਹੋਈ ਸੀ, ਅਤੇ ਇਹਨੂੰ ਫੜਨ 'ਚ ਕਾਮਯਾਬ ਹੋਏ। ਫੜਨ ਤੋਂ ਬਾਅਦ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੋਈ ਹੈ, ਜਿਹੜੀ ਪੰਜਾਬ ਦੀ ਅਸੀਂ ਕਹਿ ਸਕਦੇ ਸਭ ਤੋਂ ਤੇਜ਼ ਅਤੇ ਸਭ ਤੋਂ ਜਲਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਹੈ, ਅਸੀਂ ਇਹਦੇ ਜਿਹੜੇ ਕਿ ਲਗਭਗ 9 ਤਾਂ ਸਾਨੂੰ ਇਮੀਡੀਏਟ ਜਿਹੜੇ ਮਿਲ ਗਏ ਅਕਾਊਂਟ, ਪਰ ਇਹਦੇ 13 ਅਕਾਊਂਟਸ ਹੈ, 13 ਬੈਂਕ ਖਾਤੇ ਜਿਹੜੇ ਵੱਖ ਵੱਖ ਥਾਂ 'ਤੇ ਖੁਲਾਏ ਗਏ ਸੀ, ਉਹਦੇ ਵਿੱਚੋਂ ਅਸੀਂ ਲਗਭਗ 1,30,00,000 ਦਾ ਪਲਾਟ ਅਤੇ 90,66,00,000 ਦਾ ਜਿਹੜਾ ਕੈਸ਼ ਇੱਕ ਥਾਂ 'ਤੇ, ਬਾਕੀ 5,00,000 ਦਾ ਇੱਕ ਥਾਂ 'ਤੇ ਕੈਸ਼, ਅਤੇ ਇਸ ਤੋਂ ਇਲਾਵਾ ਜਿਹੜਾ 10,00,000 ਦਾ ਇਹਦੇ ਤੋਂ ਮੇਨ ਰਿਕਵਰੀ ਹੋਈ ਹੈ। ਇਹਦੇ ਤੋਂ
ਇਹਦਾ ਸੋਰਸ ਆਫ ਇਨਕਮ ਨਿਲਸੀ 2011 ਤੋਂ ਦਿੱਲੀ ਤੋਂ ਇਹ ਲਿਆ ਕੇ ਜਿਹੜੇ ਕਿ ਨੀਗਰੋਜ਼ ਹੈ ਉਹਨਾਂ ਤੋਂ ਲਿਆ ਕੇ ਇਹ ਇੱਥੇ ਪੰਜਾਬ ਦੇ ਵਿੱਚ ਸਪਲਾਈ ਕਰਦਾ ਸੀ। ਇਹਦੇ ਨਾਲ ਅਸੀਂ ਇੱਕ ਬੜਾ ਵੱਡਾ ਡਰੱਗ ਨੈਕਸਿਸ ਹੈ ਉਹਨੂੰ ਤੋੜਨ 'ਚ ਕਾਮਯਾਬ ਹੋਏ ਹੈ। ਇਹ ਸਾਰਾ ਕ੍ਰੈਡਿਟ ਹੈ ਸਾਡੀ ਟੀਮ ਜਿਹੜੀ CIA ਪਟਿਆਲਾ SPD ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਨੂੰ ਜਾਂਦਾ ਅਤੇ ਅਸੀਂ ਇਹਦੇ ਵਿੱਚ ਜਿਹੜੀ ਇਹਦੀ ਇਹਨੂੰ ਜਿਹੜਾ ਸੀਜ਼ ਕੀਤਾ ਹੁਣ ਸਾਡੀ ਇਹ ਕੋਸ਼ਿਸ਼ ਹੋਊਗੀ ਸੀਜ਼ ਹੋ ਗਿਆ ਬੈਂਕ ਮੈਨੇਜਰਸ ਨੂੰ ਇਨਫੋਰਮ ਕਰਤਾ ਹੁਣ ਕੋਸ਼ਿਸ਼ ਹੋਊਗੀ ਕਿ ਇਹਨੂੰ ਜ਼ਬਤ ਹੋ ਕੇ ਸਰਕਾਰੀ ਖਾਤੇ 'ਚ ਜਮ੍ਹਾਂ ਹੋ ਜਾਵੇ ਕਿਉਂਕਿ ਇਹ ਸਾਰੀ ਜਿਹੜੀ ਇਹਦੀ ਮਨੀ ਹੈ ਡਰੱਗਸ ਤੋਂ ਵੇਚ ਕੇ। ਇਹਦੇ 'ਚ ਇਹ ਕਹਿ ਸਕਦੇ ਹਾਂ ਅਸੀਂ ਆਪਣੇ ਹੈੱਡਕੁਆਟਰ ਦੇ ਰਾਹੀਂ ਕਰਾਂਗੇ ਵੀ ਦਿੱਲੀ ਦੇ ਵਿੱਚ ਜਿਹੜੇ ਇਹਦੇ ਦੱਸਣ ਮੁਤਾਬਕ ਬਹੁਤ ਸਾਰੇ ਬਲੈਕ ਜਿਹਨੂੰ ਕਹਿੰਦੇ ਆ ਨੀਗਰੋ ਜਿਹੜੇ ਆ ਉਹ ਇਸ ਧੰਦੇ 'ਚ ਲੱਭਦਾ। ਇਹ ਉੱਥੋਂ ਦਿੱਲੀ ਤੋਂ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ 'ਚ ਸਪਲਾਈ ਕਰਦਾ ਸੀ। ਉਹ ਥਰੂ ਹੈੱਡਕੁਆਟਰ ਅਸੀਂ ਉਹਨਾਂ ਦੇ ਕੰਸਰਨਡ ਅਫਸਰ ਨੂੰ ਅਸੀਂ ਟਰੈਪ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕੁਦਰਤੀ ਬਾਈ ਚਾਂਸ ਉਹ ਕਾਮਯਾਬ ਨਹੀਂ ਹੋਇਆ। ਜਿਹੜਾ ਸਪਲਾਇਰ ਵੀ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਹੈੱਡਕੁਆਟਰ ਰਾਹੀਂ ਇਹ ਜ਼ਰੂਰ ਦਿੱਲੀ ਦੇ ਬਾਰੇ ਇਤਲਾਹ ਦੇਵਾਂਗੇ ਤਾਂ ਕਿ ਉੱਥੋਂ ਜਿਹੜਾ ਨੈਸ਼ਨਲ ਕੈਪੀਟਲ ਦੇ ਵਿੱਚੋਂ ਜੋ ਇਹ ਧੰਦਾ ਹੋ ਰਿਹਾ ਉਹ ਰੋਕਿਆ ਜਾ ਸਕੇ। ਹਾਂ ਇਹਦੀ ਵਾਈਫ ਕਿਉਂਕਿ ਇਹਦਾ ਆਪ ਸੋਰਸ ਆਫ ਇਨਕਮ ਤਾਂ ਹੈ ਨਹੀਂ ਕੋਈ, ਇਹਦੀ ਵਾਈਫ ਇਹਦੇ ਨਾਲ ਇਨਵੋਲਵ ਹੈ ਅਤੇ ਉਹ ਅਸੀਂ ਉਹਨੂੰ ਵੀ ਇਸ ਮੁਕੱਦਮੇ ਦੇ ਵਿੱਚ ਨਾ ਇਹਦੀ 29 ਸਾਲ ਹੈ ਜੀ ਇਹਦੀ ਵਾਈਫ ਦੀ ਇਹਦੇ ਤੋਂ ਘੱਟ ਹੈ। ਬੇਸਿਕਲੀ 9 ਪਾਸ ਹੈ ਅਤੇ ਮੇਨ ਇਹਦਾ ਜਿਹੜਾ ਹੈਗਾ ਧੂਰੀ ਜਿਹੜਾ ਬਾਜੀਗਰ ਬਸਤੀ ਧੂਰੀ ਦਾ ਰਹਿਣਾ। ਇਹਦੇ 'ਤੇ 5 ਮੁਕੱਦਮੇ ਦਰਜ ਆ ਜਿਨ੍ਹਾਂ ਦੇ ਵਿੱਚੋਂ ਕੁਛ ਮੁਕੱਦਮਿਆਂ ਦੇ ਵਿੱਚ PO ਅਤੇ ਭਗੌੜਾ ਸੀਗਾ ਜਿਹੜਾ ਕਿ ਪੁਲਿਸ ਨੂੰ ਵਾਟਿਆ। ਰਿਕਵਰੀ ਕੈਸ਼ ਕਿੰਨੇ ਕੋਲ ਜੀ? ਕੈਸ਼ 3.25 ਲੱਖ ਰੁਪਇਆ, 19 ਤੋਲੇ ਸੋਨਾ ਅਤੇ ਉਸ ਤੋਂ ਇਲਾਵਾ ਜਿਹੜੇ ਬੈਂਕਾਂ ਦੇ ਵਿੱਚ ਜਿਹੜੇ ਜਮ੍ਹਾਂ ਕੈਸ਼ ਟੋਟਲ 1 ਕਰੋੜ ਤੋਂ ਵੱਧ ਜਿਹੜਾ ਅਸੀਂ ਇਹਦੇ ਤੋਂ ਅਮਾਊਂਟ ਹੈ ਜਿਹੜਾ ਇਹਦੇ ਜ਼ਬਤ ਅਤੇ ਰਿਕਵਰ ਕਰਨ 'ਚ ਕਾਮਯਾਬ। ਗੱਲ ਪੰਜਾਬ ਦੀ TV ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਟਿਆਲਾ ਪੁਲਿਸ ਨੇ ਡਰੱਗ ਤਸਕਰਾਂ ਦੇ ਖਿਲਾਫ ਐਂਟੀ ਡਰੱਗ ਵਾਰ ਛੇੜ ਰੱਖੀ ਹੈ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਹੀ ਸਾਰਥਕ ਜਿਹੜੀਆਂ ਨੇ ਪ੍ਰਾਪਤੀਆਂ ਹੋਈਆਂ ਨੇ। ਸਾਡੇ ਨਾਲ ਨੇ SSP ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ। ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ। ਜਿਹੜੇ ਬੱਚੇ ਡਰੱਗ ਦਾ ਸ਼ਿਕਾਰ ਹੋਏ ਹੋਏ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਨੇ ਜਿਹੜੇ ਉਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਹਾਲਾਂਕਿ ਡਰੱਗ ਐਡਿਕਸ਼ਨ ਸੈਂਟਰ ਵੀ ਚੱਲ ਰਹੇ ਨੇ ਪਟਿਆਲੇ ਦੇ ਵਿੱਚ, ਤੁਹਾਡਾ ਉਹਨਾਂ ਨੂੰ ਕੀ ਮੈਸੇਜ ਦੇਣ? ਨੌਜਵਾਨਾਂ ਨੂੰ ਮੈਂ ਕਹੂੰਗਾ ਡਰੱਗ ਜਿਹੜਾ ਲੈਂਦਾ ਉਹਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ ਅਤੇ ਸੋਸਾਇਟੀ ਦੇ ਵਿੱਚ ਆਪਦੇ ਪਰਿਵਾਰ ਦੇ ਵਿੱਚ ਆਪਦੇ ਰਿਸ਼ਤੇਦਾਰਾਂ 'ਚ ਤਰਸਯੋਗ ਦੇ ਨਾਲ ਹਾਸੋ ਹੀ ਨਹੀਂ ਹੋ ਜਾਂਦੀ ਹੈ। ਹਰ ਬੰਦਾ ਅਵੋਇਡ ਕਰਦਾ, ਨਾਲੇ ਕਹਿੰਦਾ ਵੀ ਨਸ਼ਈ ਤੋਂ ਬਚੀ। ਇਸ ਕਰਕੇ ਮੇਰੀ ਇਹ ਸਲਾਹ ਹੈ ਵੀ ਤੁਸੀਂ ਪ੍ਰੋਡਕਟਿਵ ਕੰਮ ਕਰੋ ਜਿਹਦੇ ਨਾਲ ਸਟੇਟ ਆਪਦੇ ਮਾਂ ਬਾਪ ਅਤੇ ਆਪਦੇ ਪਰਿਵਾਰ ਦਾ ਨਾਂ ਉੱਚਾ ਹੋਵੇ। ਇਹ ਡਰੱਗ ਦਾ ਅਲਟੀਮੇਟਲੀ ਐਂਡ ਇਹੀ ਹੈ, ਜਿਹਨੂੰ ਕਹਿ ਦਿਓ ਵੀ ਇਹਦੇ ਦੇ ਵਿੱਚ ਜੇ ਜਿਵੇਂ ਜਿਵੇਂ ਧੱਸਦੇ ਜਾਓਗੇ ਉਹਦੇ ਵਿੱਚ ਉਹ ਤੁਸੀਂ ਇਕੱਲੇ ਪੈਂਦੇ ਜਾਓਗੇ। ਜੇ ਤੁਸੀਂ ਆਪਦੀ ਆਪਦੇ ਲਈ ਆਪਦੀ ਚੰਗੀ ਲਈ, ਇਹ ਕਹਿੰਦੇ ਆ ਜੀ ਇਹਦੇ ਨਾਲ ਜਿਹੜੇ ਡਰੱਗ ਲੈਂਦੇ ਉਹ ਕਹਿੰਦੇ ਖੁਸ਼ੀ ਮਿਲਦੀ ਹੈ, ਟੈਂਪਰੇਰੀ ਸਕਿੰਟਾਂ ਦੀ ਖੁਸ਼ੀ ਦੀ ਬਜਾਏ ਤੁਸੀਂ ਲੰਮੀ ਆਪਦੀ ਆਪਦੇ ਸਮਾਜ ਅਤੇ ਆਪਦੇ ਪਰਿਵਾਰ ਨੂੰ ਖੁਸ਼ੀ ਦਿਓ। ਮੇਰੀ ਸਲਾਹ ਇਹ ਹੈ ਵੀ ਇਹ ਟੈਂਪਰੇਰੀ ਕੁਛ ਸਕਿੰਟਾਂ ਦੀ ਖੁਸ਼ੀ ਦੀ ਖਾਤਰ ਆਪਦੇ ਸਾਰੇ ਖਾਨਦਾਨ ਅਤੇ ਪਰਿਵਾਰਾਂ ਨੂੰ ਬਰਬਾਦ ਨਾ ਕਰੋ। ਥੈਂਕ ਯੂ, ਥੈਂਕ ਯੂ।